ਵਾਗੇ ਦੇ ਬਾਰਡਰ ਦੇ ਉੱਤੇ ਘਣਛਾਵਾਂ ਕੋਈ ਬੂਟਾ ਲਾਵੇ, ਫੁੱਲ ਖਿੜਨ, ਖੁਸ਼ਬੂਆਂ ਉੱਡਣ, ਸਾਇਆ ਦੋਨੋਂ ਪਾਸੇ ਜਾਵੇ। ਜੇ ਕੋਈ ਭੁੱਲਾ ਭਟਕਾ ਪੰਛੀ ਉੱਡਦਾ ਉੱਡਦਾ ਇੱਧਰ ਆਵੇ, ਉਸਦੀ ਸ਼ਾਖ ਹਰੀ 'ਤੇ ਬਹਿ ਕੇ ਨਾਨਕ ਦਾ ਕੋਈ ਗੀਤ ਸੁਣਾਵੇ, ਦੀਵਾਲੀ ਦਾ ਦੀਵਾ ਬਣ ਕੇ ਸਾਡਾ ਦੀਵਾ ਬਾਲ ਕੇ ਜਾਵੇ, ਚੰਦ ਚੜ੍ਹੇ ਜੇ ਈਦ ਦਾ ਸੱਜਣਾ ਤੇਰੇ ਘਰ ਵੀ ਚਾਨਣ ਪਾਵੇ, ਵਾਗੇ ਦੇ ਬਾਰਡਰ ਦੇ ਉੱਤੇ ਘਣਛਾਵਾਂ ਕੋਈ ਬੂਟਾ ਲਾਵੇ। ਸਵਰਗਵਾਸੀ ਸ਼ਾਇਰ ਮਿੱਤਰ ਨਜ਼ੀਰ ਸਦਰ ਹੋਰਾਂ ਦੀ ਇਹਨਾਂ ਚੰਦ ਸਤਰਾਂ ਨਾਲ ਅੱਜ ਦੇ ਪ੍ਰੋਗਰਾਮ 'ਚ ਨਿੱਘੀ ਜੀ ਆਇਆਂ ਨੂੰ। ਇਹਨਾਂ ਸਤਰਾਂ ਤੋਂ ਸਾਫ ਜ਼ਾਹਰ ਹੈ ਕਿ ਦੋਵੇਂ ਪੰਜਾਬਾਂ ਦੇ ਲੋਕ ਆਪਸ ਵਿੱਚ ਹੀ ਅਮਨ ਅਤੇ ਪਿਆਰ ਨਾਲ ਜੁੜਨ ਦੇ ਚਾਹਵਾਨ ਨੇ। ਇਹੋ ਜਿਹੇ ਵਿਚਾਰ ਰੱਖਣ ਵਾਲੇ ਲਹਿੰਦੇ ਪੰਜਾਬ ਦੀ ਇੱਕ ਨਾਮਵਰ ਸ਼ਾਇਰਾ ਤਾਹਿਰਾ ਸਰਾ ਵੀ ਪਹਿਲੀ ਵਾਰ ਕੈਨੇਡਾ ਦੀ ਧਰਤੀ ਉੱਤੇ ਆਪਣੀ ਸ਼ਾਇਰੀ ਨਾਲ ਸਾਂਝਾ ਪਾਉਣ ਆਈ ਹੋਈ ਹੈ। ਅੱਜ ਦੇ ਪ੍ਰੋਗਰਾਮ 'ਚ ਅਸੀਂ ਉਹਨਾਂ ਨੂੰ ਜੀਆਂ ਕਹਿੰਦੇ ਹਾਂ। ਸਾਡੇ ਲਈ ਅੱਜ ਬੜੇ ਮਾਣ ਦੀ ਗੱਲ ਹੈ ਕਿ ਮੇਰੇ ਕੋਲ ਪੰਜਾਬੀ ਦੀ ਇਸ ਦਹਾਕੇ ਦੀ ਸਰਮੌਰ ਸ਼ਾਇਰਾ ਤਾਹਿਰਾ ਸਰਾ ਆਏ ਨੇ। ਮੈਨੂੰ ਬੜੀ ਖੁਸ਼ੀ ਹੈ ਕਿ ਉਹ ਸਮਾਂ ਕੱਢ ਕੇ ਸਾਡੇ ਸਟੂਡੀਓ ਆਏ ਨੇ। ਅੱਜ ਉਹਨਾਂ ਨਾਲ ਗੱਲਾਂ ਕਰਾਂਗੇ, ਉਹਨਾਂ ਦੀ ਕਵਿਤਾਵਾਂ ਸੁਣਾਂਗੇ। ਜੀ ਆਇਆਂ ਨੂੰ ਜੀ ਵੈਲਕਮ ਜੀ। ਬਹੁਤ ਸ਼ੁਕਰੀਆ। ਅਸਲਾਮੁਅਲੈਕੁਮ, ਸਤਿ ਸ਼੍ਰੀ ਅਕਾਲ। ਅਤੇ ਮੈਨੂੰ ਬਹੁਤ ਚੰਗਾ ਲੱਗ ਰਿਹਾ ਹੈ ਤੁਹਾਡੇ ਨਾਲ ਪ੍ਰੋਗਰਾਮ ਕਰਨਾ। ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇੱਥੇ ਸੱਦਿਆ। ਨਹੀਂ ਜੀ, ਮੈਨੂੰ ਇਸ ਕਰਕੇ, ਤੁਸੀਂ ਮੇਰੇ ਖਿਆਲ ਸ਼ਾਇਦ ਪਹਿਲੀ ਵਾਰੀ ਆਏ ਹੋ ਕੈਨੇਡਾ। ਜੀ ਜੀ। ਮੇਰੀ ਬਦਕਿਸਮਤੀ, ਸਾਡੇ ਸਾਰੇ ਪੰਜਾਬ ਗੁਰਮੁਖੀ ਵਾਲਿਆਂ ਦੀ ਬਦਕਿਸਮਤੀ ਹੈ ਕਿ ਅਸੀਂ ਉਰਦੂ ਸਕ੍ਰਿਪਟ 'ਚ ਪੜ੍ਹ ਨਹੀਂ ਸਕਦੇ। ਪਰ ਜਿਹੜੀ ਤੁਹਾਡੀ ਕਿਤਾਬ ਹੁਣ ਚਾਹੀ ਹੈ ਸ਼ੀਸ਼ਾ, ਜੀ ਜੀ, ਇਹ ਪੜ੍ਹ ਕੇ ਮੈਨੂੰ ਅਹਿਸਾਸ ਹੋਇਆ ਕਿਤਾਬ ਤਾਂ ਮੇਰੇ ਤੋਂ 10-15 ਸਾਲ ਪਹਿਲਾਂ ਆ ਜਾਣੀ ਚਾਹੀਦੀ ਸੀ। ਇਹਦੇ ਵਿੱਚੋਂ ਜਿੰਨੀਆਂ ਨਜ਼ਮਾਂ ਜਾਂ ਗਜ਼ਲਾਂ ਮੈਂ ਪੜ੍ਹੀਆਂ ਨੇ, ਔਰ ਬੋਲੀਆਂ ਵੀ ਵੱਖਰੀ ਜਿਹੀ ਗੱਲ ਹੈ, ਉਹਨੂੰ ਸਭ ਕੁਝ ਬਹੁਤ ਅੱਛਾ ਲੱਗਾ। ਤਾਂ ਮੈਂ ਤੁਹਾਨੂੰ ਇਸ ਗੱਲ 'ਚ ਦੱਸਣ 'ਚ ਮੈਨੂੰ ਕੋਈ ਸ਼ਰਮ ਨਹੀਂ ਕਿ ਜ਼ਿੰਦਗੀ ਦਾ ਮੇਰਾ ਜਿਹੜਾ ਪਹਿਲਾ ਪੈਸ਼ਨ ਹੈ ਉਹ ਪੰਜਾਬੀ ਸ਼ਾਇਰੀ ਹੈ। ਚਾਹੇ ਬਾਬੇ ਫਰੀਦ ਜੀ ਦੀ ਹੋਵੇ, ਚਾਹੇ ਸ਼ਿਵ ਬਟਾਲਵੀ ਦੀ ਹੋਵੇ, ਮੇਰਾ ਮਨ ਉਹਨਾਂ ਨਾਲ ਜੁੜਿਆ। ਜਦ ਤੁਹਾਡਾ ਪੜ੍ਹਿਆ ਤਾਂ ਤੁਹਾਡੇ ਨਾਲ ਵੀ ਹੁਣ ਜੁੜ ਗਿਆ। ਮੈਂ ਅੱਜ ਚਾਹਾਂਗਾ ਮੈਂ ਤੁਹਾਡੇ ਨਾਲ ਗੱਲਾਂ ਕਰਾਂ, ਤੁਸੀਂ ਮੈਨੂੰ ਆਪਣੀ ਨਜ਼ਮਾਂ ਸੁਣਾਓ। ਤਾਂ ਮੇਰਾ ਪਹਿਲਾ ਸਵਾਲ ਤਾਂ ਇਹ ਹੋ ਸਕਦਾ ਕਿ ਤੁਸੀਂ ਪਾਕਿਸਤਾਨ ਦਾ ਜਿਹੜਾ ਮਾਹੌਲ ਹੈ ਉਹ ਥੋੜ੍ਹਾ ਜਿਹਾ, ਔਰ ਲੜਕੀਆਂ ਲਈ ਪਰਟੀਕੁਲਰਲੀ ਥੋੜ੍ਹਾ ਜਿਹਾ ਯੂਨੋ ਪ੍ਰੋਟੈਕਟਡ ਜਿਹਾ, ਅਤੇ ਇੱਕ ਔਰਤ ਹੋਣ ਦੇ ਨਾਤੇ ਤੁਸੀਂ ਕਿੱਥੇ ਜਨਮੇ, ਕਵਿਤਾ 'ਤੇ ਕਿੱਦਾਂ ਜਾਗ ਲੱਗਾ ਅਤੇ ਕਿੱਦਾਂ ਕਵਿਤਾ ਸ਼ੁਰੂ ਹੋਈ? ਮੈਂ ਸ਼ੇਖੂਪੁਰਾ ਦੀ ਤਹਿਸੀਲ ਹੈ ਸਤਰਾਬਾਦ, ਅੱਜ ਕੱਲ੍ਹ ਉਹਨੂੰ ਆਖਦੇ ਨੇ ਮੰਡੀਟਾਵਾ ਸਿੰਘ, ਉਹਦਾ ਨਾਮ ਸੀ। ਮੈਂ ਉੱਥੇ 73 'ਚ ਪੈਦਾ ਹੋਈ ਜੰਮੀ ਹਾਂ, ਅਤੇ ਉੱਥੇ 10 ਸਾਲ ਦੀ ਉਮਰ 'ਚ ਮੇਰੀ ਵਾਲਦਾ ਦੀ ਡੈਥ ਹੋ ਗਈ। ਅਤੇ ਫਿਰ ਮੈਂ ਇੱਕ ਵਕਤ ਸੀ ਜਿਹੜਾ ਮੈਨੂੰ ਮਹਿਸੂਸ ਹੋ ਰਿਹਾ ਸੀ ਕਿ ਮੈਂ ਮੇਰੇ ਅੰਦਰ ਕੁਝ ਲਾਵਾ ਪੱਕਦਾ ਹੈ, ਯਾਨੀ ਮੈਂ ਉਹ ਚੀਜ਼ਾਂ ਜਿਹੜੀਆਂ ਇੱਕ ਲਾਪਾ ਔਰ ਇੱਕ ਇਨਕਾਰ ਸੀ ਮੇਰੀ ਰੂਹ ਦੇ ਅੰਦਰ, ਯਾਨੀ ਮੈਨੂੰ ਲੱਗਦਾ ਸੀ ਕਿ ਇਹ ਗਲਤ ਹੋ ਰਿਹਾ ਹੈ, ਇਹ ਕਿਉਂ ਹੋ ਰਿਹਾ ਹੈ। ਅਤੇ ਜੇ ਉਹ ਮੇਰੇ ਨਾਲ ਵਾਪਰਦੀ ਸੀ ਜਾਂ ਮੈਨੂੰ ਕਿਹਾ ਜਾਂਦਾ ਸੀ ਕਿ ਕੋਈ ਗੱਲ ਨਹੀਂ, ਯਾਨੀ ਸਾਡੀ ਸੁਸਾਇਟੀ 'ਚ ਅਕਸਰ, ਯਾਨੀ ਉਸ ਵੇਲੇ, ਹੁਣ ਮਾਹੌਲ ਬਹੁਤ ਬਦਲ ਗਿਆ। ਹਾਂਜੀ, ਉਦੋਂ ਇਹ ਸੀ ਕਿ ਇਹ ਕੰਮ ਤੁਸੀਂ ਨਹੀਂ ਕਰ ਸਕਦੀਆਂ, ਤੁਹਾਡਾ ਭਰਾ ਕਰ ਸਕਦਾ ਹੈ, ਇਹ ਚੀਜ਼ ਜਿਹੜੀ ਹੈ ਇਹ ਇੱਥੇ ਤੁਸੀਂ ਨਹੀਂ ਜਾ ਸਕਦੀਆਂ, ਇੱਥੇ ਤੁਹਾਡਾ ਭਰਾ ਜਾ ਸਕਦਾ ਹੈ, ਇਹ ਬੂਹੇ 'ਚ ਤੁਸੀਂ ਨਹੀਂ ਖਲੋ ਸਕਦੀਆਂ, ਤੁਹਾਡਾ ਭਰਾ ਖਲੋ ਸਕਦਾ ਹੈ। ਯਾਨੀ ਉਹ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਮੈਨੂੰ ਲੱਗਦਾ ਸੀ ਕਿ ਇਹ ਮੈਨੂੰ ਕੁਛ ਖਾਸ ਬਣਾ ਰਹੀਆਂ ਨੇ। ਅੱਛਾ, ਤੁਹਾਡੇ ਅੰਦਰ? ਹਾਂਜੀ, ਮੈਨੂੰ ਕੁਛ ਖਾਸ ਬਣਾ ਰਹੀਆਂ ਨੇ, ਚੇਂਜਿਸ ਆ ਰਹੀਆਂ, ਔਰ ਮੈਂ ਉਹਨਾਂ ਤੋਂ ਬਾਗੀ ਹੋ ਰਹੀ ਹਾਂ। ਅੱਛਾ, ਬਾਗੀ ਹੋ ਰਹੀ ਹਾਂ ਕਿ ਮੈਂ ਸਭ ਕੁਛ ਜਿਹੜਾ ਹੈ ਇਹ ਇੰਝ ਨਹੀਂ ਹੋਣਾ ਚਾਹੀਦਾ। ਇੱਕ ਔਰਤ ਲਈ ਬਾਗੀ ਹੋਣਾ ਬਹੁਤ ਵੱਡਾ ਗੁਨਾਹ ਸਾਡੇ ਸਮਾਜ 'ਚ ਸਮਝਿਆ ਜਾਂਦਾ ਹੈ, ਜਿਹੜਾ ਕਿ ਨਹੀਂ ਹੋਣਾ ਚਾਹੀਦਾ। ਜੀ ਜੀ, ਤੁਹਾਡੇ ਪਹਿਲੇ ਦੌਰ ਜਿਹੜੀ ਨਜ਼ਮਾਂ ਪੈ ਹੋਈਆਂ ਇਹ ਬਗਾਵਤ ਤੋਂ ਪੈਦਾ ਹੋਈਆਂ? ਬਗਾਵਤ ਮੈਂ ਥੋੜ੍ਹਾ ਸਖਤ ਜਿਹਾ ਲਫ਼ਜ਼ ਵਰਤਿਆ, ਬੰਦਿਸ਼ਾਂ ਕਹਿ ਲਓ, ਰੁਕਾਵਟਾਂ ਕਹਿ ਲਓ, ਉਹਨਾਂ 'ਚ ਪੈਦਾ ਹੋਈਆਂ। ਉਹਦੇ 'ਚ ਮੈਂ ਉਹ ਇੱਕ, ਯਾਨੀ ਨੋਰਮਲੀ ਮੈਨੂੰ ਲੱਗਦਾ ਸੀ ਕਿ ਮੈਂ ਰਿਧਮ 'ਚ ਹਾਂ, ਅਤੇ ਮੈਂ ਜਿਹੜੀ ਗੱਲ ਕਰਨੀ ਆ ਉਹ ਰਿਧਮ 'ਚ ਹੁੰਦੀ ਹੈ, ਮੈਨੂੰ ਕੋਈ ਅਰੂਜ਼ ਵਗੈਰਾ ਦੀ ਸਾਰੀ ਕੋਈ ਨਾ, ਕਿਉਂਕਿ ਮੈਂ ਪਿੰਡ 'ਚ ਰਹਿੰਦੀ ਸੀ, ਨਾ ਹੀ ਉੱਥੇ ਕੋਈ ਉਹ ਮਾਹੌਲ ਸੀ ਅਦਬੀ, ਨਾ ਕੁਛ ਇਸ ਤਰ੍ਹਾਂ ਦਾ ਕੰਮ ਸੀ, ਲੇਕਿਨ ਉਹ ਮੈਂ ਲਿਖਦੀ ਸੀ, ਉਹ ਜੋ ਟੁੱਟਾ ਭਜਾ ਲਿਖਦੀ ਸੀ। ਉਸ ਦੌਰੇ 'ਚ ਇੱਕ ਅਖਬਾਰ ਸੀ ਨਿਦਾਏ ਆਵਾਮ, ਸਾਡੇ ਢਾਬਾ ਤੋਂ ਛਾਇਆ ਹੁੰਦੀ ਸੀ, ਅਤੇ ਇਤਫਾਕਨ ਜਿਹੜੇ ਉਹਦੇ ਐਡੀਟਰ ਸਨ ਉਹ ਮੇਰੀ ਸਹੇਲੀ। ਅੱਜ ਯਾਦ ਹੈ ਕਿ ਪਹਿਲੀ ਨਜ਼ਮ
ਜੋ ਵੀ ਤੁਸੀਂ ਪਹਿਲੀ ਰਚਨਾ ਕ੍ਰੀਏਸ਼ਨ ਕੀਤੀ ਸੀ ਉਹ ਕੀ ਸੀ? ਉਹ ਸੀ ਜਿਹੜੇ ਸਾਡੇ ਹਰੂਫੇ ਦਾਸ ਜੀ ਨੇ, ਇਹਨਾਂ ਦੇ ਉਹ ਬਾਲਾਂ ਵਾਲੀਆਂ ਸਨ ਚੀਜ਼ਾਂ, ਯਾਨੀ ਸਪੋਜ਼ ਉਹ ਇੱਕ ਦੋ ਚਸ਼ਮੀ ਹੇ ਹੈ ਸਾਡੇ ਹਾਹਾ ਜਿਹਨੂੰ ਤੁਸੀਂ ਆਖਦੇ ਹੋ, ਅਤੇ ਉਹ ਦੋ ਚਸ਼ਮੀ ਹੇ ਸੀ, ਅਤੇ ਉਹ ਉਹਨੇ ਮੈਨੂੰ ਬੜਾ ਇੰਸਪਾਇਰ ਕੀਤਾ। ਹਾਂਜੀ, ਉਹਦੇ 'ਤੇ ਸੀ ਮੇਰੀ ਕਿ ਯੇ ਹੇ ਕਹਾਂ ਸੇ ਆਇਆ ਹੈ ਜਿਸਨੇ ਚਸ਼ਮਾ ਲਗਾਇਆ ਹੈ, ਇਹਨੇ ਉਹਦੀਆਂ ਜਿਹੜੀ ਉਹ ਦੋ ਸਾਨੂੰ ਮੈਨੂੰ ਲੱਗਦਾ ਸੀ ਕਿ ਉਹਨੇ ਐਨਕ ਐਨਕ ਲਾਈ ਹੈ, ਉਹ ਐਨਕ ਤਾਂ ਨਹੀਂ ਦੇਖਦਾ ਹੈ ਮੈਨੂੰ। ਪੰਜਾਬੀ ਦੀ ਸ਼ਾਇਰੀ ਦਾ ਝੁਕਾ ਕਿੱਦਾਂ ਹੋਇਆ? ਪੰਜਾਬੀ ਯਾਨੀ ਇੱਕ ਤਾਂ ਉਹ ਮੇਰੀ ਮਦਰ ਲੈਂਗੁਏਜ ਤਾਂ ਹੈ ਹੀ ਹੈ, ਮਾਂ ਬੋਲੀ ਸੀ, ਔਰ ਉਹਦੇ ਨਾਲ ਫਿਤਰੀ ਤੌਰ ਤੇ ਜਦੋਂ ਪਹਿਲੀ ਗੱਲ ਹੁੰਦੀ ਹੈ ਨਾ, ਜੇ ਪੰਜਾਬ ਚਾਹੇ ਇੱਧਰ ਹੋਵੇ ਉੱਧਰ ਹੋਵੇ ਹੁੰਦੀ ਤਾਂ ਪੰਜਾਬੀ ਚ ਸਹੀ ਹੈ ਕਿ ਤੁਸੀਂ ਹਿੰਦੀ ਪੜ੍ਹਦੇ ਹੋ, ਤੁਹਾਡੇ ਮਨ ਉਰਦੂ ਪੜ੍ਹਾਇਆ ਜਾਂਦਾ। ਹਾਂਜੀ, ਉਹ ਜਦੋਂ ਸਾਡੀ ਜਿਹੜੀ, ਹਾਂਜੀ ਨਹੀਂ ਨਹੀਂ ਉਹਦੇ 'ਚ ਇਹ ਹੁੰਦਾ ਹੈ ਕਿ ਸਾਡੀ ਜਿਹੜੀ ਪਹਿਲੀ ਕਵਿਤਾ ਸਾਡੀ ਨਜ਼ਰ 'ਚੋਂ ਗੁਜ਼ਰਦੀ ਹੈ ਉਹ ਉਰਦੂ ਹੁੰਦੀ ਹੈ, ਤਾਂ ਲਾਜ਼ਮੀ ਤੌਰ 'ਤੇ ਸਾਡਾ, ਚੂੰਕਿ ਸਾਡੀ ਜਿਹੜੀ ਅਰਲੀ ਐਜੂਕੇਸ਼ਨ ਹੈ ਪੰਜਾਬ ਦੀ ਉਹ ਪੰਜਾਬੀ 'ਚ ਨਹੀਂ ਹੈ, ਉਹ ਸਾਡੀ ਜਿਹੜੀ ਉਹ ਨਜ਼ਮ ਜਿਹੜੀਆਂ ਸਾਡੇ ਸਿਲੇਬਸ 'ਚ ਨਜ਼ਮਾਂ ਆਉਂਦੀਆਂ ਨੇ ਜਿਹੜੀਆਂ ਸਾਨੂੰ ਇੰਸਪਾਇਰ ਕਰਦੀਆਂ, ਟੱਚ ਕਰਦੀਆਂ ਨੇ, ਉਹ ਚੂੰਕਿ ਉਰਦੂ 'ਚ ਹੁੰਦੀਆਂ ਨੇ। ਮੈਂ ਚਾਹਾਂਗਾ ਤੁਸੀਂ ਉਹ ਕਵਿਤਾ ਜਦ ਤੁਸੀਂ ਮਹਿਸੂਸ ਕੀਤਾ ਕਿ ਹੁਣ ਮੈਂ ਸ਼ਾਇਰਾ ਬਣ ਗਈ ਹਾਂ, ਪੰਜਾਬੀ ਦੀ ਕਿਹੜੀ ਕਵਿਤਾ ਸੀ ਜਿਹਦੇ ਨਾਲ ਤੁਹਾਡੇ ਜਜ਼ਬੇ ਉਹਨਾਂ ਉਸਨੂੰ 17 ਨਾਲ ਤੁਸੀਂ? ਉਹ ਮੈਂ 88 89 ਉਸ ਦੌਰ 'ਚ ਵੀ ਮੈਂ ਉਰਦੂ ਲਿਖਦੀ ਸੀ, ਫਿਰ ਉਰਦੂ ਲਿਖਦੀ ਰਹੀ। ਜਿਹੜੀ ਮੇਰੀ ਪੰਜਾਬੀ ਪਹਿਲੀ ਸੀ ਉਹ ਨਜ਼ਮ ਸੀ, ਮੈਂ ਕਹੀ ਉਹਨਾਂ ਦਿਨਾਂ 'ਚ ਮੈਂ ਸ਼ਖੂਪੁਰਾ ਕਕਸ਼ਾ ਵਰਲਡ ਮਾਡਲ ਸਕੂਲ 'ਚ ਜੋਬ ਕਰਦੀ ਸੀ, ਅਤੇ ਉੱਥੇ ਮੈਂ ਯਾਨੀ ਇੱਕ ਸਾਡੇ ਜਿਹੜੇ ਐਮ ਡੀ ਸਨ ਉਹ ਇੱਕ ਦਿਨ ਗੱਲ ਕਰ ਰਹੇ ਸਨ, ਅਤੇ ਉਹ ਯਾਨੀ ਉਹ ਮੈਨੂੰ ਬੜੀ ਉਹ ਟੱਚ ਕੀਤੀ ਉਹ ਗੱਲ ਸੀ ਕਿ ਉਹ ਸਾਡੇ ਜਸਟਿਸ ਜਵਾਦ ਸਨ, ਉਹਨਾਂ ਨੇ ਕਿਹਾ ਸੀ ਕਿ ਇਹ ਪਾਰਲੀਮੈਂਟ ਅਦਲੀਆ ਔਰ ਹਮ ਆਵਾਮ ਕੇ ਤਨਖਾਹਦਾਰ ਨੌਕਰ ਹੈ, ਅਤੇ ਉਹਦੇ ਤੋਂ ਮੈਂ ਯਾਨੀ ਉਹ ਜਿਹੜੀ ਨਜ਼ਮ ਸੀ ਉਹ ਪਹਿਲੀ ਜਿਹੜੀ ਲਿਖੀ ਸੀ, ਉਹ ਕਿ ਇੱਦਾਂ ਸੀ ਕਿ ਉਹਦੇ 'ਚ ਇੱਕ ਥੋੜ੍ਹਾ ਜਿਹੜਾ ਮੇਰੇ ਜ਼ਿਹਨ 'ਚ ਆ ਰਿਹਾ ਉਹ ਸੀ ਕਿ ਸੁਣਿਆ ਪਾਰਲੀਮੈਂਟ ਅਦਲੀਆ ਹੈ ਸਾਡੀ ਨੌਕਰ, ਆਹੋ ਜੀ ਮਾਲਕ ਮਾੜੇ ਨੌਕਰ ਉੱਚੇ, ਅਤੇ ਉਹ ਇੱਦਾਂ ਕਰਕੇ ਮੈਂ ਲਿਖੀ ਸੀ। ਫਿਰ ਉਹ ਜਿਹੜੇ ਹੈ ਸਨ ਸਾਡੇ ਉੱਥੇ ਸ਼ੇਖ ਜਮੀਲ ਸਾਹਿਬ ਸਨ ਜਿਹੜੇ ਓਨਰ ਸਨ ਸਕੂਲ ਦੇ, ਅਤੇ ਉਹਨਾਂ ਨੇ ਬੜਾ ਕਿਹਾ ਕਿ ਸਾਨੂੰ ਬਹੁਤ ਖੁਸ਼ੀ ਹੈ ਕਿ ਤਾਹਿਰਾ ਜੀਆਂ ਜਿਹੜੀਆਂ ਸੂਝਵਾਨਾਂ ਨੇ ਸਾਡੇ ਇੱਥੇ ਨੇ, ਅਤੇ ਅਸੀਂ ਆਪਣਾ ਜਿਹੜੀ ਇਲੈਕਸ਼ਨ ਕੰਪੇਨ ਹੈ ਉਹਦਾ ਹਿੱਸਾ ਬਣਾਵਾਂਗੇ ਇਸ ਨਜ਼ਮ ਨੂੰ ਤਾਹਿਰਾ ਦੇ ਨੂੰ। ਉੱਥੇ ਮੈਨੂੰ ਮਹਿਸੂਸ ਹੋਇਆ ਕਿ ਮੈਂ ਕੋਈ ਚੰਗਾ ਕੰਮ ਕਰ ਰਹੀ ਹਾਂ, ਯਾਨੀ ਉਹ ਤੋਂ ਪਹਿਲੇ ਤਾਂ ਮੈਂ ਇਹਨੂੰ ਇੱਕ ਜੁਰਮ ਹੀ ਸਮਝਦੀ ਸਾਂ। ਕਿਉਂ ਜੁਰਮ ਕਿਉਂ ਸਮਝਦੇ? ਯਾਨੀ ਮੈਂ ਤੁਹਾਡੇ ਉਸ ਸਾਡੇ ਜਿਹੜੇ ਮਾਹੌਲ ਸੋਸਾਇਟੀ 'ਚ ਜੋ ਕੁਝ ਹੋ ਰਿਹਾ ਸੀ ਨਾ, ਯਾਨੀ ਉਹ 'ਚ ਇੱਕ ਕੁੜੀ ਦਾ ਜਿਹੜਾ ਹੈ ਉਹ ਇਸ ਤਰ੍ਹਾਂ ਗੱਲ ਕਰਨਾ, ਐਕਸਪ੍ਰੈਸ ਕਰਨਾ ਔਰ ਉਹਨੂੰ ਇਸ ਤਰੀਕੇ ਦੇ ਨਾਲ ਐਕਸਪ੍ਰੈਸ ਕਰਨਾ ਕਿ ਉਹ ਆਪਣੀ ਜਿਹੜੀ ਫੀਲਿੰਗਸ ਨੇ ਉਹਨਾਂ ਨੂੰ ਯਾਨੀ ਦੁਨੀਆ ਦੇ ਸਾਹਮਣੇ ਲਿਆਉਂਦੇ, ਇੱਕ ਚਾਕਾ ਸੀ। ਯਾਨੀ ਮੈਨੂੰ ਡਰ ਲੱਗਦਾ ਸੀ ਕਿ ਲੋਕ ਕੀ ਕਹਿਣਗੇ, ਮੇਰੇ ਘਰ ਲਈ ਕੀ ਕਹਿਣਗੇ, ਮੇਰੇ ਭਰਾ ਕੀ ਕਹਿਣਗੇ, ਅਤੇ ਉਹ ਇੱਕ ਡਰ ਸੀ ਜਿਹੜਾ ਮੇਰੇ ਅੰਦਰ ਉਹ ਹੌਲੀ ਹੌਲੀ। ਤੁਸੀਂ ਉਹਦੇ ਬਾਰੇ ਕਵਿਤਾ ਵੀ ਲਿਖੀ ਇਹਦੇ 'ਚ ਹੈ ਜੀ, ਤੁਸੀਂ ਉਹ ਸੁਣਾ ਸਕਦੇ ਹੋ? ਮਾਂ ਨੇ ਚੁੱਪ ਦੀ ਕੁੜਤੀ ਦੇ ਕੇ, ਉਸੇ ਉਹ ਵਿਰਾਸਤ ਹੈ ਕਿ ਮਾਂ ਨੇ ਚੁੱਪ ਦੀ ਕੁੜਤੀ ਦੇ ਕੇ ਮੇਰੇ ਬੋਲੀ ਸੀ ਦਿੱਤੇ, ਪਰ ਖਬਰੇ ਕਿਉਂ ਕੰਨਾਂ ਨੂੰ ਬੰਦ ਕਰਨਾ ਭੁੱਲ ਗਈ। ਅੱਖ ਖੁੱਲ੍ਹੀ ਅਤੇ ਚਾਰ ਚੁਫੇਰੇ ਸ਼ਕਲਾਂ ਦਿਸੀਆਂ ਜਿਨ੍ਹਾਂ ਨੂੰ ਕੁਝ ਪੁੱਛ ਨਾ ਸਕੀ, ਵਹਿੰਦੀ ਰਹੀ ਅਤੇ ਸੁਣਦੀ ਰਹੀ। ਜਿਨ੍ਹਾਂ ਨੂੰ ਕੁਝ ਪੁੱਛ ਨਾ ਸਕੀ, ਵਹਿੰਦੀ ਰਹੀ ਅਤੇ ਸੁਣਦੀ ਰਹੀ। ਮੈਂ ਸ਼ਕਲਾਂ ਨੂੰ ਸੁਣਦੀ ਰਹੀ ਅਤੇ ਆਵਾਜ਼ਾਂ ਨੂੰ ਵਹਿੰਦੀ ਰਹੀ। ਬੁੱਲ ਸੀਤੇ ਸੀ ਹੋਰ ਕੀ ਹੁੰਦਾ, ਖੁੱਲੀਆਂ ਅੱਖਾਂ ਖੁੱਲ੍ਹੇ ਸੁਪਨੇ ਵੇਖਣ ਲੱਗੀਆਂ ਤਾਂ ਰਸਮਾਂ ਦੀ ਪੱਟੀ ਆ ਗਈ, ਅੱਖਾਂ ਉੱਤੇ ਘੁੱਟ ਕੇ ਬੱਜੀ ਰੱਤੀ ਪੱਟੀ। ਜਿਹਦੀ ਗੰਢ ਮੈਂ ਖੋਲ ਨਾ ਸਕੀ, ਪੋਟੇ ਹੰਭ ਗਏ
ਨੌਂ ਹੀ ਚੜ ਗਏ ਪਰ ਨਾ ਖੁੱਲੀ ਇਹ ਰਸਮਾਂ ਦੀ ਰੱਤੀ ਪੱਟੀ ਹੁਣ ਮੈਂ ਆਪਣੇ ਟੁੱਟੇ ਖਾਬ ਦੇ ਜ਼ਖਮੀ ਸੋਚਾਂ ਆਪਣੀ ਧੀ ਨੂੰ ਕਿਸ ਤਰ੍ਹਾਂ ਸੌਂਪਾਂ ਬਹੁਤ ਖੂਬ ਜੀ ਅਸੀਂ ਥੋੜ੍ਹੀ ਜਿਹੀ ਬ੍ਰੇਕ ਲੈਂਦੇ ਹਾਂ ਉਸ ਤੋਂ ਬਾਅਦ ਫਿਰ ਆ ਜਾਵਾਂਗੇ ਉੱਚਾ ਕਰਕੇ ਮੈਂ ਜਾਵਾਂਗਾ ਜੱਗ ਤੇ ਬੋਲ ਪੰਜਾਬੀ ਦਾ ਘਰ ਘਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ ਮੈਂ ਬਾਬਾ ਨਜ਼ਮੀ ਤੁਸੀਂ ਵੇਖ ਰਹੇ ਹੋ ਵਿਜ਼ਨ ਆਫ ਪੰਜਾਬ ਤੇ ਅੱਜ ਦੇ ਪ੍ਰੋਗਰਾਮ 'ਚ ਖਾਸ ਮਹਿਮਾਨ ਹੈ ਤਾਹਿਰ ਸਰਾ ਜਿਹੜੇ ਕਿ ਲਹਿੰਦੇ ਪੰਜਾਬ ਦੇ ਇੱਕ ਨਾਮਵਰ ਸ਼ਾਇਰ ਨੇ ਜੀ ਆਇਆਂ ਜੀ ਇੱਕ ਵਾਰੀ ਫਿਰ ਵੈਲਕਮ ਬੈਕ ਜਦੋਂ ਤੁਹਾਡੇ ਤੁਸੀਂ ਨਜ਼ਮਾਂ ਸ਼ੁਰੂਆਤ ਹੋਈਆਂ ਤੋਂ ਨਰਮੇ ਹੁੰਦੀਆਂ ਤੁਸੀਂ ਕਿਸ ਮੋੜ 'ਤੇ ਜਾ ਕੇ ਮਹਿਸੂਸ ਕੀਤਾ ਕਿ ਯਾਰ ਮੇਰੀ ਕਵਿਤਾ 'ਚ ਵੀ ਗੱਲ ਹੈਗੀ ਆ ਜਾਂ ਤੁਹਾਨੂੰ ਕਿਸੇ ਨੇ ਬਾਹਰੋਂ ਆ ਕੇ ਦੱਸਿਆ ਕੁੜੀਏ ਤੇਰੇ ਵਿੱਚ ਬਹੁਤ ਅੱਛੀ ਗੱਲ ਹੈ ਜੀ ਉਹ ਇਸ ਤਰ੍ਹਾਂ ਸੀ ਕਿ ਪਾਸ ਦਫ਼ਾ ਇੱਦਾਂ ਹੁੰਦਾ ਹੈ ਕਿ ਅਸੀਂ ਜਿਹੜੀ ਇੱਕ ਵਕਤ ਹੁੰਦਾ ਜਦੋਂ ਅਸੀਂ ਮਸ਼ਾਹਦਾਤੀ ਸ਼ਾਇਰੀ ਲਿਖਦੇ ਹਾਂ ਅਸੀਂ ਦੂਜਿਆਂ ਨੂੰ ਵੇਖਦੇ ਹਾਂ ਉਹਨਾਂ ਦੇ ਦੁੱਖ ਦਰਦ ਜਿਹੜੇ ਔਰ ਇੱਕ ਵੇਲਾ ਆਉਂਦਾ ਜਦੋਂ ਸਾਡੇ ਅਤੇ ਆਪਣੇ 'ਤੇ ਵਾਪਰਦੀਆਂ ਨੇ ਜਦੋਂ ਆਪਣੇ 'ਤੇ ਵਾਪਰਦੀਆਂ ਨੇ ਉਸ ਤੋਂ ਬਾਅਦ ਜਿਹੜੀ ਇਹਨੀ ਸਾਡੇ ਅੰਦਰੋਂ ਜਿਹੜੀ ਫੁੱਟਦੀ ਹੈ ਜਿਹੜੀ ਸ਼ੈ ਅਤੇ ਉਹ ਇਸ ਤਰ੍ਹਾਂ ਹੀ ਸੀ ਕਿ 2013 'ਚ ਮੇਰੀ ਸੈਪਰੇਸ਼ਨ ਹੋ ਗਈ ਅਤੇ ਉਸ ਤੋਂ ਬਾਅਦ ਬਹੁਤ ਸਾਰੇ ਮਿਸਾਇਲ ਸਨ ਜਿਨ੍ਹਾਂ ਦਾ ਮੈਨੂੰ ਉਸ ਤੋਂ ਪਹਿਲੇ ਵੀ ਜਿਹੜੀ ਮੈਂ ਯਾਨੀ ਇੱਕ ਸਾਡੀ ਆਮ ਔਰਤ ਦੇ ਨਾਲ ਜੋ ਹੁੰਦਾ ਸੀ ਉਹ ਹੁੰਦਾ ਹੈ ਔਰ ਮੈਂ ਉਹਦਾ ਇਨਕਾਰ ਕੀਤਾ ਕਿ ਇਹ ਜਬਰ ਮੈਂ ਨਹੀਂ ਸਹਿਣਾ ਅਤੇ ਮੈਂ ਖੁਲਾ ਲਿਆ ਹਾਂਜੀ ਉਹ ਮੈਂ ਫਿਰ ਖੁਲਾ ਲਿਆ ਮੈਂ ਕਿਹਾ ਮੈਂ ਨਹੀਂ ਜਿਸ ਸ਼ਖਸ ਦੇ ਨਾਲ ਮੈਂ ਕੰਫਰਟ ਫੀਲ ਨਹੀਂ ਕਰਦੀ ਮੈਂ ਉਹਦੇ ਨਾਲ ਨਹੀਂ ਰਹਿਣਾ ਉਹ ਮੈਂ ਜਦੋਂ ਅਲੱਗ ਹੋਈ ਹਾਂ ਉਸ ਤੋਂ ਬਾਅਦ ਜਿਹੜਾ ਫਿਰ ਮੈਨੂੰ ਮੈਂ ਜਦੋਂ ਦੁਨੀਆ ਵੱਲ ਵੇਖਿਆ ਹਰ ਇੱਧਰ ਉੱਧਰ ਆਪਣੇ ਚਾਰ ਚ ਫੇਰੇ ਅਤੇ ਮੈਂ ਜਦੋਂ ਮੈਨੂੰ ਲੱਗਾ ਕਿ ਮੇਰੇ ਦੁੱਖ ਤਾਂ ਬੜੇ ਨਿੱਕੇ ਨੇ ਮੇਰੇ ਤੋਂ ਵੀ ਅੱਗੇ ਨੇ ਔਰ ਮੈਂ ਉਸ ਦੁੱਖ ਨੂੰ ਜਿਹੜਾ ਹੈ ਆਪਣੇ ਦੁੱਖ ਨੂੰ ਪਿਛਾਂ ਸੁੱਟ ਕੇ ਮੈਂ ਔਰਤ ਦੇ ਦੁੱਖ ਨੂੰ ਲੈ ਕੇ ਅੱਗੇ ਆਈ ਤੁਹਾਡੀ ਥੀਮ ਇਸ ਕਿਤਾਬ ਦਾ ਬੇਸਿਕਲੀ ਉਸ ਉਹਨਾਂ ਲਾਈਨਾਂ ਤੇ ਜੀ ਕਿ ਮੈਂ ਔਰਤ ਦੇ ਦੁੱਖ ਨੂੰ ਲੈ ਕੇ ਅੱਗੇ ਆਈ ਅਤੇ ਮੈਨੂੰ ਲੱਗਾ ਕਿ ਮੈਂ ਲੱਖਾਂ ਔਰਤਾਂ ਦੇ ਨਾਲ ਪ੍ਰਜੈਂਟ ਕਰਨੀ ਆ ਉਹਨਾਂ ਦੀ ਗੱਲ ਕਰਦੀ ਹਾਂ ਉਹਨਾਂ ਦੇ ਹੱਕ ਦੀ ਗੱਲ ਕਰਦੀ ਹਾਂ ਤਾਂ ਮੇਰੇ 'ਚੋਂ ਲੱਖਾਂ ਜਨਾਨੀਆਂ ਦੀ ਤਾਕਤ ਆ ਗਈ ਫਿਰ ਮੈਂ ਨਹੀਂ ਮੁੜ ਕੇ ਵੇਖਿਆ ਮੈਂ ਫਿਰ ਮੈਂ ਆਪਣਾ ਅੰਦਰ ਖੋਲ ਕੇ ਰੱਖ ਦਿੱਤਾ ਸਾਰਾ ਜਿਹੜਾ ਤੁਸੀਂ ਇੱਕ ਨਜ਼ਮ ਸੁਣਾਓ ਇਸੇ ਬਾਰੇ ਕੋਈ ਹੈ ਜਿਹੜੇ ਜੀ ਜੀ ਉਹ ਇੱਕ ਫਿਰ ਮੈਂ ਯਾਨੀ ਔਰਤ ਦਾ ਮੁਕੱਦਮਾ ਜਿਹੜਾ ਉਹ ਪੇਸ਼ ਕੀਤਾ ਔਰਤ ਦਾ ਮੁਕੱਦਮਾ ਉਹਦੇ 'ਚ ਮੈਂ ਕਿ 9 ਮਹੀਨੇ ਕੁੱਖੇ ਰੱਖਾਂ ਮੌਤ ਦੇ ਮੂੰਹ 'ਚੋਂ ਮੁੜ ਕੇ ਜੰਮਾਂ ਰੱਤ ਚੁੰਘਾ ਕੇ ਪਾਲਾਂ ਪੁੱਸਾਂ 9 ਮਹੀਨੇ ਕੁੱਖੇ ਰੱਖਾਂ ਮੌਤ ਦੇ ਮੂੰਹ 'ਚੋਂ ਮੁੜ ਕੇ ਜੰਮਾਂ ਰੱਤ ਚੁੰਘਾ ਕੇ ਪਾਲਾਂ ਪੋਸਾਂ ਵਲਦੀਅਤ ਦੇ ਖਾਨੇ ਦੇ ਵਿੱਚ ਉਹਦਾ ਨਾ ਕਿਹੜਾ ਮੇਰਾ ਕਰੇ ਨਿਆ ਸੋਹਣਿਆ ਰੱਬਾ ਡਾਢਿਆ ਰੱਬਾ ਤੂੰ ਆਦਮ ਦਾ ਬੁੱਤ ਬਣਾਇਆ ਉਹਦੀ ਪਸਲੀ ਵਿੱਚੋਂ ਮੁੜ ਕੇ ਮੈਨੂੰ ਕੱਢਿਆ ਮੈਨੂੰ ਬੇਣਿਆ ਜੋਗੀ ਛੱਡਿਆ ਪਸਲੀ ਵਿੱਚੋਂ ਨਿਕਲੀ ਏ ਅਤੇ ਪਸਲੀ ਵਾਂਗ ਹੀ ਡੇਢੀ ਏ ਮੇਰੇ ਲਈ ਕੀ ਤੇਰੇ ਕੋਲੋਂ ਮੁੱਠ ਮਿੱਟੀ ਵੀ ਨਹੀਂ ਪੁੱਜੀ ਸੋਹਣਿਆ ਰੱਬਾ ਡਾਢਿਆ ਰੱਬਾ ਉਹਦਿਆ ਰੱਬਾ ਬਹੁਤ ਜੋ ਤੁਸੀਂ ਮੇਰੇ ਨਾਲ ਪਹਿਲਾਂ ਗੱਲ ਕਰ ਰਹੇ ਸੀ ਉਹ ਛਲਕ ਦਾ ਕਵਿਤਾ 'ਚ ਉਹੀ ਗੱਲ ਅੰਮ੍ਰਿਤਾ ਪ੍ਰੀਤਮ ਨੇ ਵੀ ਆਪਣੇ ਵੇਲੇ ਮੇਰੇ ਖਿਆਲ ਉਹ ਪੰਜਾਬੀ ਦੀ ਪਹਿਲੀ ਸ਼ਾਇਰਾ ਸੀ ਜਿਹਨੇ ਕਿ ਸਮੇਂ ਦੇ ਵਿਰੁੱਧ ਆਪਣਾ ਸਿਰ ਉੱਚਾ ਸਿਰ ਉੱਚਾ ਕੀਤਾ ਤੁਸੀਂ ਆਪਣੇ ਨਿੱਜ ਬਾਰੇ ਵੀ ਥੋੜ੍ਹੀ ਜਿਹੀ ਇਸ਼ਾਰਾ ਕੀਤਾ ਮੈਨੂੰ ਬੜੀ ਖੁਸ਼ੀ ਹੈ ਕਿ ਤੁਹਾਡੀ ਉਮਰ ਦੀਆਂ ਬੱਚੀਆਂ ਨੌਜਵਾਨ ਬੀਬੀਆਂ ਉਹ ਆਪਣਾ ਰਾਹ ਖੁਦ ਬਣਾ ਰਹੀਆਂ ਨੇ ਤੁਸੀਂ ਜਿਸ ਮੁਕਾਮ 'ਤੇ ਹੋ ਕੀ ਕਰਦੇ ਹੋ ਕਿਵੇਂ ਆਪਣਾ ਤੁਹਾਡਾ ਕਾਰੋਬਾਰ ਕੀ ਕਰਦੇ ਹੋ ਮੈਂ ਜੀ ਗਵਰਨਮੈਂਟ ਟੈਕਨੀਕਲ ਟ੍ਰੇਨਿੰਗ ਸੈਂਟਰ ਸਾਡੇ ਵੋਕੇਸ਼ਨਲ ਕਾਲਜ ਨੇ ਉਹਦੇ 'ਚ ਮੈਂ ਐਜ਼ ਆ ਟ੍ਰੇਡ ਇੰਸਟ੍ਰਕਟਰ ਕੰਮ ਕਰ ਰਹੀ ਹਾਂ ਅਤੇ ਆਪਣਾ ਜਿਹੜਾ ਯਾਨੀ ਜਿਹੜੀ ਆਪਣੇ ਬੱਚੇ ਨੇ ਉਹਨਾਂ ਦਾ ਜਿਹੜਾ ਰੋਜ਼ੀ ਰੋਟੀ ਦਾ ਜਿਹੜਾ ਉਹ ਉੱਥੋਂ ਹੋ ਰਿਹਾ ਹੈ ਅਤੇ ਬਾਕੀ ਇਹ ਤਾਂ ਮੇਰਾ ਪੈਸ਼ਨ ਹੈ ਨਾ ਇਹ ਮੇਰਾ ਪੈਸ਼ਨ ਕਦੀ ਤੁਸੀਂ
ਕਦੀ ਨਾ ਤੁਸੀਂ ਸੁੱਤੇ ਪਏ ਹੋ, ਤੁਹਾਨੂੰ ਇੱਕਦਮ ਜਾਗ ਆਈ ਹੈ ਅਤੇ ਤੁਹਾਨੂੰ ਅਹਿਸਾਸ ਹੋਇਆ ਮੇਰੇ ਅੰਦਰੋਂ ਕੁਛ ਨਿਕਲਣ ਲੱਗਾ ਅਤੇ ਪੈਨ ਫੜ ਕੇ ਬਹਿ ਗਏ, ਕੋਈ ਇਸ ਤਰ੍ਹਾਂ ਵੀ ਕਦੀ ਹੋਇਆ ਤੁਹਾਡੇ ਨਾਲ? ਉਹ ਤਾਂ ਹੁੰਦਾ ਹੈ ਕਿ ਇਹ ਤਾਂ ਜਿਹੜੀ ਇਹ ਵਾਰਦਾਤ ਹੈ ਇਸ ਤਰ੍ਹਾਂ ਹੀ ਹੈ ਨਾ ਕਿ ਤੁਸੀਂ ਕਿਤੇ ਜਾਣ ਡਏ ਜੇ, ਤੁਸੀਂ ਕਿਸੇ ਕੰਮ ਵਿੱਚ ਲੱਗੇ ਜੇ, ਤੁਸੀਂ ਸੁੱਤੇ ਜੇ ਅਤੇ ਤੁਹਾਨੂੰ ਤੁਹਾਡੇ ਅੰਦਰ, ਕਿਉਂਕਿ ਜਿਹੜੀ ਇਹ ਚੀਜ਼ ਹੈ ਤੁਹਾਡੇ ਅੰਦਰ ਪੱਕਦੀ ਰਹਿੰਦੀ ਹੈ, ਉਹ ਇੱਕ ਵਕਤ ਆਉਂਦਾ ਹੈ ਜਦੋਂ ਉਹਨੇ ਫੁੱਟ ਕੇ ਬਾਹਰ ਨਿਕਲਣਾ ਹੁੰਦਾ ਹੈ। ਉਹ ਫੁੱਟਣ ਦਾ ਵਕਤ ਕੋਈ ਵੀ ਹੋ ਸਕਦਾ, ਵੇਲਾ ਉਹ ਸੁੱਤਿਆਂ ਉੱਠ ਕੇ ਵੀ ਹੋ ਸਕਦਾ ਹੈ, ਉਹ ਦੁਨੀਆਦਾਰੀ ਦੇ ਕੰਮ ਕਰਦਿਆਂ ਵੀ ਉਹ ਵੇਲਾ ਆ ਸਕਦਾ ਹੈ। ਉਹਦੇ ਵਾਸਤੇ ਕੋਈ ਯਾਨੀ ਨਸਰਲੀ ਤਾਂ ਅਸੀਂ ਕਹਿੰਦੇ ਹਾਂ ਨਾ ਕਿ ਅਸੀਂ ਬਾਕਾਇਦਾ ਤਿਆਰੀ ਨਾਲ ਕਾਗਜ਼ ਪੈਨਸਲ ਲੈ ਕੇ ਬਹਿ ਜਾਂਦੇ ਹਾਂ ਉੱਠ ਕੁੜੀਏ ਲਿਖ, ਅਤੇ ਮੈਂ ਲਿਖ ਦਿੰਦੀ ਹਾਂ, ਬਾਕੀ ਮੈਂ ਕਾਫੀਆ ਪੈਮਾਈ ਜਾਂ ਇਹਨਾਂ ਚੱਕਰਾਂ 'ਚ ਨਹੀਂ ਪੈਂਦੀ। ਮੇਰੇ ਬਾਅਦ ਸ਼ੇਰ ਨੇ ਉਹ ਸਾਲ ਹਰ ਸਾਲ ਇੱਕ ਹੀ ਸ਼ੇਰ ਪਿਆ ਰਹਿੰਦਾ ਹੈ, ਯਾਨੀ ਮੈਂ ਕਦੀ ਕੋਸ਼ਿਸ਼ ਕਰਕੇ ਉਹਨੂੰ ਗਜ਼ਲ ਨਹੀਂ ਕੀਤਾ। ਉਹ ਜਦੋਂ ਇੱਕ ਵਕਤ ਆਉਂਦਾ ਰਹਿ ਗਿਆ ਹੈ, ਲੇਕਿਨ ਉਹ ਕਿਤੇ ਦੁਬਾਰਾ ਪੜ੍ਹਦੇ ਹਾਂ ਕੋਈ ਖਿਆਲ ਨਵਾਂ ਆ ਗਿਆ ਹੈ ਅਤੇ ਮੈਂ ਉਹਨੂੰ ਅੱਗੇ ਟੋਰ ਲਿਆ ਹੈ, ਅਦਰਵਾਈਜ਼ ਮੈਂ ਕਦੀ ਕੋਸ਼ਿਸ਼ ਕਰਕੇ ਜਿਹੜਾ ਉਹਨੂੰ ਯਾਨੀ, ਕਿਉਂਕਿ ਉਹਦੇ 'ਚ ਮੁਸ਼ਕਿਲ ਹੋ ਜਾਂਦੀ ਹੈ ਕਿ ਤੁਸੀਂ ਇਹ ਇਹ ਕੰਮ ਤਾਂ ਬਹੁਤ ਸਾਰੇ ਜਿਹੜੇ ਤਰਖਾਣ ਮਿਸਤਰੀ ਵਾਲਾ ਕਰ ਰਹੇ ਨੇ, ਜਿਹੜਾ ਇਹ ਯਾਨੀ ਇੱਕੋ ਲਿਖੀ ਜਾਣਾ ਲਿਖੀ ਜਾਣਾ, ਅਤੇ ਜਦੋਂ ਤੁਸੀਂ ਇੱਕ ਗੱਲ ਕਰਨੀ ਹੈ, ਆਪਣਾ ਇੱਕ ਨਜ਼ਰੀਆ ਦੇਣਾ ਹੈ, ਅਤੇ ਉਹਦੇ ਵਾਸਤੇ ਤੁਸੀਂ ਇੰਨਾ ਮਸ਼ੀਨੀ ਨਹੀਂ ਹੋ ਸਕਦੇ। ਬਿਲਕੁਲ ਤੁਸੀਂ ਸਹੀ ਕਿਹਾ, ਮਸ਼ੀਨੀ ਹੋਣੀ ਵਾਲੀ ਜਿਹੜੀ ਉਹ ਉਹ ਕਵਿਤਾ ਨਹੀਂ ਹੁੰਦੀ, ਉਹ ਕਵਿਤਾ ਘੜੀ ਹੁੰਦੀ ਹੈ, ਉਹ ਤੁਸੀਂ ਸੁਣਦੇ ਹੋ ਤੁਹਾਨੂੰ ਅਹਿਸਾਸ ਹੋ ਜਾਂਦਾ। ਮੈਂ ਜਾਣਨਾ ਚਾਹੁੰਦਾ ਤੁਹਾਡੇ, ਤੁਸੀਂ ਤਕਰੀਬਨ ਗੀਤ ਗਜ਼ਲ ਕਈ ਕੁਛ ਲਿਖਿਆ, ਇਹ ਗਜ਼ਲ ਹੋ ਜਾਏ ਜਿਹੜੀ ਤੁਹਾਡੀ ਮਨਪਸੰਦ ਹੋਵੇ, ਉੱਥੇ ਗਾਈਆਂ ਵੀ ਗਈਆਂ ਨੇ ਤੁਹਾਡੀਆਂ ਗਜ਼ਲ ਇੱਕਦਮ, ਕੋਈ ਜਿਹੜਾ ਅੱਛਾ ਲੱਗਦਾ, ਮੈਂ ਕੋਈ ਕਿੰਤੂ ਪਰੰਤੂ ਨਹੀਂ। ਸ਼ੀਸ਼ੇ ਅੱਗੇ ਬੈਠੀ ਹਾਂ, ਆਪਣੇ ਅੱਗੇ ਬੈਠੀ ਹਾਂ, ਸ਼ੀਸ਼ੇ ਅੱਗੇ ਬੈਠੀ ਹਾਂ, ਆਪਣੇ ਅੱਗੇ ਬੈਠੀ ਹਾਂ, ਅੰਦਰੋਂ ਕੁੰਡੀ ਵੱਜੀਏ, ਅੰਦਰੋਂ ਕੁੰਡੀ ਵੱਜੀਏ, ਬੂਹੇ ਅੱਗੇ ਬੈਠੀ ਹਾਂ, ਅੰਦਰੋਂ ਕੁੰਡੀ ਵੱਜੀਏ, ਬੂਹੇ ਅੱਗੇ ਬੈਠੀ ਹਾਂ, ਨੀਂਦਰ ਅੱਖਾਂ ਖਾ ਗਈਏ, ਨੀਂਦਰ ਅੱਖਾਂ ਖਾ ਗਈਏ, ਸੁਪਨੇ ਅੱਗੇ ਬੈਠੀ ਹਾਂ, ਨੀਂਦਰ ਅੱਖਾਂ ਖਾ ਗਈਏ, ਸੁਪਨੇ ਅੱਗੇ ਬੈਠੀ ਹਾਂ, ਅਤੇ ਵੇਖੋ ਕਿੰਨੀ ਸੋਹਣੀ ਆ, ਵੇਖੋ ਕਿੰਨੀ ਸੋਹਣੀ ਆ, ਸੋਹਣੇ ਅੱਗੇ ਬੈਠੀ ਹਾਂ, ਅਤੇ ਰਾਂਝੇ ਚੂਰੀ ਮੰਗੀਏ, ਰਾਂਝੇ ਚੂਰੀ ਮੰਗੀਏ, ਬੇਬੇ ਅੱਗੇ ਬੈਠੀ ਹਾਂ, ਅਤੇ ਕਦੀ ਕਪਾਵਾਂ ਖਿੜਨਗੀਆਂ, ਕਦੀ ਕਪਾਵਾਂ ਖਿੜਨਗੀਆਂ, ਚਰਖੇ ਅੱਗੇ ਬੈਠੀ ਹਾਂ। ਬਹੁਤ ਅੱਛਾ ਸੁਨੇਹਾ ਜੀ, ਇਨਡਾਇਰੈਕਟਲੀ ਉਮੀਦਾਂ 'ਚ ਜੀਣਾ ਤੁਹਾਡਾ ਵਿਸ਼ਵਾਸ ਹੈ, ਦਿਸ ਇਜ਼ ਨਾਈਸ, ਵੈਰੀ ਨਾਈਸ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ? ਜੀ ਜ਼ਰੂਰ, ਬ੍ਰੇਕ ਲੈਂਦੇ ਹਾਂ ਜੀ, ਉਸ ਤੋਂ ਬਾਅਦ ਅਸੀਂ ਫਿਰ ਹਾਜ਼ਰ ਹੁੰਦੇ ਹਾਂ। ਸਾਡੇ ਮਹਿਮਾਨ ਨੇ ਤਾਹਿਰ ਸਰ। ਸਤਿ ਸ਼੍ਰੀ ਅਕਾਲ ਜੀ, ਮੈਂ ਕਬੀਰ ਬੇਦੀ ਬੋਲ ਰਿਹਾ, ਤੁਸੀਂ ਵਿਜ਼ਨ ਆਫ ਪੰਜਾਬ ਪ੍ਰੋਗਰਾਮ ਦੇਖ ਰਹੇ ਹੋ। ਸਾਡੇ ਅੱਜ ਦੇ ਪ੍ਰੋਗਰਾਮ 'ਚ ਮਹਿਮਾਨ ਨੇ ਤਾਹਿਰ ਸਰਾ ਜੀ, ਆਇਆਂ ਨੂੰ ਜੀ ਇੱਕ ਵਾਰੀ ਵੰਸ ਅਗੇਨ, ਹੈ ਨਾ, ਬ੍ਰੇਕ ਤੋਂ ਬਾਅਦ। ਤਾਹਿਰ ਜੀ, ਤੁਸੀਂ ਪਹਿਲੀ ਵਾਰੀ ਕੈਨੇਡਾ ਆਏ, ਤੁਹਾਡਾ ਕੈਨੇਡਾ ਦਾ ਤਜਰਬਾ ਕਿਹੋ ਜਿਹਾ ਰਿਹਾ? ਮੈਨੂੰ ਯਾਨੀ ਜਿਸ ਦਿਨ ਮੈਂ ਆ ਰਹੀ ਸੀ, ਮੈਨੂੰ ਥੋੜ੍ਹਾ ਜਿਹਾ ਇੱਕ ਮਹਿਸੂਸ ਹੋ ਰਿਹਾ ਸੀ ਕਿ ਇਹ ਲੋਕ ਜਿਹੜੇ ਤਕਰੀਬਨ ਇਹਨਾਂ 'ਚੋਂ ਮਸਵਾਏ ਜਸਵੀਰ ਸਿੰਘ ਬੋਬਰ ਆਏ ਨੇ, ਉਹਨਾਂ ਨਾਲ ਮੇਰੀ ਉੱਥੇ ਮੁਲਾਕਾਤ ਹੋਈ ਸੀ, ਉਸ ਤੋਂ ਸਾਡੇ ਪ੍ਰਤੀਕ ਔਰ ਬਾਕੀ ਹੈ ਬਲਜੀਤ ਬਲਰਾਜ ਜੀ, ਇਹ ਸਾਰੇ ਜਿਹੜੇ ਲੋਕ ਨੇ ਇਹ ਮੇਰੇ ਲਈ ਅਕਸਰ ਅਜਨਬੀ ਸਨ, ਯਾਨੀ ਬਿਲਕੁਲ ਮੈਨੂੰ ਇੰਝ, ਲੇਕਿਨ ਮੈਂ ਜਿਸ ਤਰ੍ਹਾਂ ਇਹਨਾਂ ਦੇ ਘਰ ਪੈਰ ਪਾਇਆ ਹੈ, ਅਤੇ ਮੈਨੂੰ ਲੱਗਾ ਕਿ ਮੈਂ ਇੱਕ ਘਰ 'ਚੋਂ ਨਿਕਲ ਕੇ ਦੂਜੇ ਘਰ ਆ ਗਈ ਹਾਂ, ਅਪਣਾਈ ਹੈ ਜਿਹੜੀ ਉਹ ਬਹੁਤ ਮਹਿਸੂਸ ਹੋਈ। ਦੂਜਾ ਜਿਹੜਾ ਹੈ ਯਾਨੀ ਇਹ ਗੱਲ ਮੈਨੂੰ ਬੜੀ ਚੰਗੀ ਲੱਗੀ ਕਿ ਇੱਥੇ ਇਹਨਾਂ ਨੇ ਇੱਕ ਆਪਣੀ ਰਵਾਇਤ ਨੂੰ
ਜ਼ਿੰਦਾ ਰੱਖਿਆ ਹੈ, ਯਾਨੀ ਆਪਣੀ ਜਿਹੜੀ ਹੋਂਦ ਹੈ ਉਹਨੂੰ ਨਹੀਂ ਖਤਮ ਨਹੀਂ ਕੀਤਾ, ਆਪਣੀ ਇੱਕ ਜਿਹੜੀ ਅਲੱਗ ਸ਼ਨਾਖਤ ਹੈ ਉਹ ਕਾਇਮ ਹੈ, ਪੰਜਾਬੀ ਦੀ ਜਿਹੜੀ ਸ਼ਨਾਖਤ ਹੈ ਉਹ ਮੈਨੂੰ ਇੱਥੇ ਨਜ਼ਰ ਆਈ, ਜਿਹੜੀ ਮੇਰਾ ਖਿਆਲ ਹੈ ਕਿ ਸਾਡੇ ਉਹਨਾਂ ਦੋਵਾਂ ਪੰਜਾਬਾਂ 'ਚ ਅਸੀਂ ਮਿੱਟਦੀ ਜਾ ਰਹੇ, ਸਾਰਾ ਕੁਛ ਖਤਮ ਹੁੰਦਾ ਜਾ ਰਿਹਾ, ਅਸੀਂ ਪੰਜਾਬੀ ਨੂੰ ਉਹ ਸਾਰੇ ਬਿਲਕੁਲ। ਔਰ ਸੇਮ ਪਾਕਿਸਤਾਨ ਚ ਵੀ ਇਹ ਸਿਚੁਏਸ਼ਨ ਹੈ ਕਿ ਇੱਕ ਤਬਕਾ ਹੈ ਜਿਹੜੇ ਉਰਦੂ ਨੂੰ ਲੈ ਕੇ ਟੁਰ ਰਿਹਾ ਹੈ, ਦੂਜਾ ਜਿਹੜਾ ਹਾਈ ਹੈ ਉਹ ਅੰਗਰੇਜ਼ੀ ਦੀ ਪੂਛ ਫੜ ਕੇ ਟੁਰ ਪਿਆ, ਯਾਨੀ ਪੰਜਾਬੀ ਨੂੰ ਅਸੀਂ ਬਾਕਾਇਦਾ ਤੌਰ 'ਤੇ ਯਾਨੀ ਇਗਨੋਰ ਕਰ ਰਹੇ ਹਾਂ। ਮੈਨੂੰ ਸੁਣਨ 'ਚ ਆਇਆ ਸੀ ਕਿ ਇਸ ਸਾਲ ਤੋਂ ਉਹਨਾਂ ਨੇ ਹਾਈ ਕੋਰਟ ਨੇ ਪਾਸ ਕੀਤਾ ਕਿ 5ਵੀਂ ਤਾਂ ਲਾਜ਼ਮੀ ਪੰਜਾਬੀ ਹੋ ਰਹੀ ਹੈ। ਜੀ ਜੀ, ਉਹਦੇ 'ਚ ਵੇਖ ਕੇ ਯਾਨੀ ਬੀਕਨ ਹਾਊਸ ਦਾ ਜਿਹੜਾ ਵਾਕਿਆ ਹੋਇਆ ਸੀ ਉਹ 'ਤੇ ਫਿਰ ਅਸੀਂ ਇਹਤਜਾਜ ਕੀਤਾ, ਉਸ ਇਹਤਜਾਜ ਤੋਂ ਬਾਅਦ ਜਿਹੜਾ ਅਸੀਂ ਇੱਕ ਰਿਟ ਦਾਇਰ ਕੀਤੀ ਸੀ, ਸਭ ਯਾਨੀ ਤਨਜ਼ੀਮਾਂ ਨੇ ਜਿਹੜੀਆਂ ਸਾਡੀਆਂ ਪੰਜਾਬੀ ਦੀਆਂ ਨੇ ਉਹਨਾਂ ਨੇ ਉਹਦਾ ਫੈਸਲਾ 21 ਫਰਵਰੀ ਨੂੰ ਐਤਕੀ ਮਾਂ ਬੋਲੀ ਦਿਹਾੜ 'ਤੇ ਸਾਨੂੰ ਮਿਲਿਆ ਸੀ। ਮਾਂ ਬੋਲੀ ਦਿਹਾੜਾ ਹੁੰਦਾ, ਹਾਂਜੀ, ਉਹ ਤਾਹਿਰ ਸੰਧੂ ਸਾਹਿਬ ਜਿਹੜੇ ਨੇ ਉਹਨਾਂ ਨੇ ਉਹ ਰਿਟ ਦਾਇਰ ਕੀਤੀ ਸੀ। ਕੇਸਰ ਸਾਹਿਬ, ਹਾਂਜੀ, ਖੋਜਗੜ ਵੱਲੋਂ ਪੰਜਾਬੀ ਬਾਕੀ ਪੰਜਾਬੀ ਪ੍ਰਚਾਰ ਸਾਡੀਆਂ ਸਾਰੀਆਂ ਜਿਹੜੀਆਂ ਤਨਜ਼ੀਮਾਂ ਨੇ ਜਿਹਨਾਂ ਨੂੰ ਜਿਹੜੀਆਂ ਸਾਨੂੰ ਲੀਡ ਕਰਦੀਆਂ ਨਾ, ਸਭ ਨੇ ਮਿਲ ਕੇ ਜਿਹੜਾ ਹੈ ਉਹ ਉਹਨੂੰ ਯਾਨੀ ਰਿਟੋ ਦਾਇਰ ਕੀਤੀ। ਮੈਂ ਸਮਝਦਾ ਬਹੁਤ ਵੱਡੀ ਗੱਲ ਹੈ ਜੋ ਤੁਸੀਂ ਕਰ ਰਹੇ ਹੋ, ਪਰਮਾਤਮਾ ਕਰੇ ਤੁਹਾਨੂੰ ਉਹ 'ਚ ਕਾਮਯਾਬੀ ਮਿਲੇ। ਜੇ ਬੱਚੇ ਛੋਟੀ ਉਮਰ ਜਿਹੜਾ ਪੜ੍ਹ ਜਾਂਦੇ ਨੇ ਸੱਤੇ ਮਤਲਬ 10-12 ਸਾਲ 'ਤੇ, ਉਹ ਸਾਰੀ ਉਮਰ ਭੁੱਲ ਨਹੀਂ ਸਕਦੇ। ਉਸ ਜ਼ੁਲਮ ਸਾਡੇ ਬੱਚਿਆਂ 'ਤੇ ਹੋ ਰਿਹਾ ਹੈ, ਕੋਈ ਜਿਹੜਾ ਇੱਕ ਜ਼ਖੀਰਾ ਅਲਫਾਜ਼ 4-5-6 ਹਜ਼ਾਰ ਲਫਜ਼ਾਂ ਦਾ ਲੈ ਕੇ ਉਸ ਸਕੂਲ ਜਾਂਦਾ ਹੈ, ਉਹ ਸਾਰਾ ਉਹਨੂੰ ਗੂੰਗਾ ਕਰ ਦੋ, ਮੂੰਹ ਬੰਦ ਕਰ ਦਿੱਤਾ ਜਾਂਦਾ, ਅੱਗੋਂ ਨਵੀਂ ਉਹਨੂੰ ਉਹ ਸ਼ੁਰੂ ਕਰ ਦਿੱਤਾ। ਕੀ ਤੁਸੀਂ ਇਸ ਸੰਬੰਧੀ ਵੀ ਕੁਛ ਲਿਖਿਆ ਬੋਲੀ ਬਾਰੇ? ਬੋਲੀ ਬਾਰੇ, ਮਾਂ ਬੋਲੀ ਪੰਜਾਬੀ, ਹਾਂਜੀ, ਉਹਦੇ 'ਚ ਯਾਨੀ ਮੈਂ ਸਮਝਦੀ ਹਾਂ ਕਿ ਸਾਡੇ ਜਿਹੜੀ ਇਹ ਕਲਾਸਿਕ ਹੈ ਉਹ ਜਿੰਨੀ ਅਮਨ ਦੀ ਉਹਦੀ ਗੱਲ ਕਰ, ਰਵਾਦਾਰੀ ਦੀ ਗੱਲ ਸਾਡੇ ਬਾਬੇ ਕਰਦੇ ਨੇ, ਉਹ ਸਾਡੀ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੀ ਲੋੜ ਹੈ। ਜਦੋਂ ਉਹ ਇੱਕ ਇਹਦੇ 'ਤੇ ਬੋਲੀ ਹੈ ਮੇਰੀ ਕਿ ਬੁੱਲਾ ਵਾਰਸ ਫਰੀਦ ਪੜਾਓ ਧਮਾਕਿਆਂ ਤੋਂ ਜਾਨ ਛੁੱਟ ਜਾਏ, ਉਹ ਸ਼ਿੱਦਤ ਪਸੰਦੀ ਅਗਰ ਅਸੀਂ ਮੁਕਾਉਣੀ ਹੈ ਤਾਂ ਸਾਨੂੰ ਆਪਣਾ ਕਲਾਸਿਕ ਜਿਹੜਾ ਹੈ ਉਹ ਆਪਣੀ ਨਵੀਂ ਪੀੜ੍ਹੀ ਦੇ ਹੱਥ ਫੜਾਉਣਾ ਪਵੇਗਾ। ਤੁਸੀਂ ਬੋਲੀਆਂ ਬੜੀਆਂ ਨਵੀਆਂ ਲਿਖੀਆਂ ਆਪਣੇ ਰੰਗ 'ਚ ਲਿਖੀਆਂ ਨੇ, ਉਹ ਪੱਗ ਵਾਲੀ ਬੋਲੀ ਮੈਨੂੰ ਬਹੁਤ ਅੱਛੀ ਲੱਗੀ, ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹਾਂਗਾ, ਕੁਛ ਬੋਲੀਆਂ ਸਾਡੇ ਨਾਲ ਸਾਂਝੀਆਂ ਕਰੋ। ਦੇਖੋ ਸਾਡੇ ਕੋਲ ਬੜਾ ਲਿਮਿਟਡ ਟਾਈਮ ਹੁੰਦਾ ਹੈ, ਮੈਨੂੰ ਬੜੀ ਖੁਸ਼ੀ ਕਿ ਜਿੰਨਾ ਵੀ ਤੁਸੀਂ ਹੱਥ ਹੋ ਸਕਿਆ ਮੇਰੇ ਲਈ ਤੁਸੀਂ ਆਏ ਹੋ, ਤੁਹਾਡਾ ਬਹੁਤ ਸ਼ੁਕਰੀਆ। ਹੁਣ ਮੈਨੂੰ ਤਾਂ ਬੋਲੀਆਂ 'ਤੇ ਥੋੜ੍ਹੀ ਨਜ਼ਰ ਮਾਰੀ ਹੈ। ਨਹੀਂ, ਮੈਂ ਪੱਗ ਥੱਲੇ ਆ ਕੇ ਮਰ ਗਈ, ਨਹੀਂ ਮੈਂ ਪੱਗ ਥੱਲੇ ਆ ਕੇ ਮਰ ਗਈ, ਕਿਸੇ ਨੇ ਮੇਰੀ ਕੂਕ ਨਾ ਸੁਣੀ, ਅਤੇ ਆ ਚੁੱਕ ਕੇ ਸ਼ਤੀਰ ਵਿਖਾਈਏ, ਆ ਚੁੱਕ ਕੇ ਸ਼ਤੀਰ ਵਿਖਾਈਏ, ਨਿਜ਼ਾਤ ਦੀਏ ਕੋੜ ਕਿਲੀਏ, ਆ ਚੁੱਕ ਕੇ ਸ਼ਤੀਰ ਵਿਖਾਈਏ, ਨਿਜ਼ਾਤ ਦੀਏ ਕੋੜ ਕਿਲੀਏ, ਅਤੇ ਸਾਡੇ ਪੁੱਠਿਆਂ ਹੱਥਾਂ 'ਤੇ ਮਹਿੰਦੀ, ਸਾਡੇ ਪੁੱਠਿਆਂ ਹੱਥਾਂ 'ਤੇ ਮਹਿੰਦੀ, ਅਤੇ ਸਿੱਧਿਆਂ 'ਤੇ ਲੀਕਾਂ ਵਜੀਆਂ, ਸਿਰ ਚੁੱਕ ਕੇ ਧਮਾਲਾਂ ਪਾਈਏ, ਸਿਰ ਚੁੱਕ ਕੇ ਧਮਾਲਾਂ ਪਾਈਏ, ਚੁੱਕਿਆਂ ਨੂੰ ਕੌਣ ਪੁੱਛਦਾ। ਬਹੁਤ ਵਧੀਆ ਜੀ, ਮੈਨੂੰ ਬੜੀ ਖੁਸ਼ੀ ਹੈ ਕਿ ਤੁਹਾਡੀ ਜਿਹੜੀ ਕਿਤਾਬ ਹੈ ਉਹ ਗੁਰਮੁਖੀ ਵਿੱਚ ਵੀ ਛਪੀ ਹੈ, ਜਿਹਨੂੰ ਵੈਸੇ ਜਿਹੜੇ ਵੈਨਕੂਵਰ ਰਹਿੰਦੇ ਨੇ ਉੱਥੇ ਅੱਜ ਕੱਲ੍ਹ ਆਏ ਨੇ ਗੁਲਾਟੀ ਸਾਹਿਬ, ਉੱਥੇ ਵੀ ਪਹੁੰਚ ਗਈ, ਤੇ ਮੈਨੂੰ ਬੜੀ ਖੁਸ਼ੀ ਕਿ ਚੰਦ ਕਿਤਾਬਾਂ ਆ ਗਈਆਂ ਸਨ ਤੇ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀਆਂ ਕੀਤੀਆਂ, ਆਪਣੇ ਸਰੋਤੇ ਜਿਹੜੇ ਤੁਹਾਨੂੰ ਸੁਣਨਾ ਆਏ ਸੀ, ਬੜਾ ਮਾਣ ਹੈ। ਪਰਮਾਤਮਾ ਕਰੇ ਤੁਸੀਂ ਹੋਰ ਲਿਖੋ ਤੇ ਅਸੀਂ ਉਹਨੂੰ ਪੰਜਾਬ ਗੁਰਮੁਖੀ ਰੂਪ 'ਚ ਇੱਧਰ ਛਾਪੀਏ। ਮੈਡਮ ਸੁਗਰਾ ਸਦਫ ਮੇਰੇ ਬੜੇ ਪਿਆਰੇ ਦੋ ਮਿੱਤਰ ਨੇ, ਖਾਸ ਕਰਕੇ ਬਾਬਾ ਨਾਜ਼ਮੀ ਜੀ, ਮੈਂ ਉਹਨਾਂ ਦੀ ਸਾਰੀ ਪੋਇਟਰੀ ਮੈਂ ਇੱਥੇ ਗੁਲਾਟੀ ਸਾਹਿਬ ਕੋਲੋਂ ਛਪਵਾਈ। ਮਤਲਬ ਇਹ ਆ ਕਿ ਸਾਡੀਆਂ ਜਿਹੜੀਆਂ ਕਿਰਤਾਂ ਨੇ, ਜਿਹੜੀਆਂ ਪੋਇਟਰੀ ਜਾਂ ਉਹ
ਹੋਰ ਕੁਝ ਰੂਪ ਵੀ ਹੋ ਸਕਦਾ, ਨਾਵਲ ਵੀ ਹੋ ਸਕਦਾ, ਉਹ ਜੇ ਅਸੀਂ ਪੜਾਂਗੇ ਇੱਕ ਦੋ ਨਾ ਅਸੀਂ ਹੋਰ ਨੇੜੇ ਹੋਵਾਂਗੇ। ਬਿਲਕੁਲ ਇਸ ਤਰ੍ਹਾਂ ਮੈਂ 7-8 ਵਾਰੀ ਪਾਕਿਸਤਾਨ ਜਾ ਰਿਹਾ ਤਾਂ ਹੁਣ ਫਿਰ ਅਗਲੇ ਸਾਲ ਜਾਵਾਂਗਾ ਤੁਹਾਨੂੰ ਮਿਲਾਂਗਾ, ਤਾਂ ਮੇਰੀਆਂ ਦੁਆਵਾਂ ਜਿੰਨੇ ਵੀ ਉੱਥੇ ਮਿੱਤਰ ਨੇ ਉਹਨਾਂ ਮੇਰੀ ਯਾਦ ਦਿਓ, ਖਾਸ ਕਰਕੇ ਬਾਬਾ ਨਜ਼ਮੀ ਜੀ, ਸ਼ੌਕ ਸਾਹਿਬ, ਕੈਸਰ ਸਾਹਿਬ ਅਤੇ ਮੇਰੀ ਭੈਣ ਬਹੁਤ ਪਿਆਰੀ ਭੈਣ ਰਹਿੰਦੀ ਹੈ ਸਾਹਿਬ ਦੀ, ਤੁਹਾਡੇ ਆਉਣ ਲਈ ਇੱਕਦਮ ਫਿਰ ਸ਼ੁਕਰੀਆ। Thank you.